चारे। बस जब के नाम ले तुझे को चारे, बस जब नाम ले तुझे को चारे, बस जब के नाम ले तुझे को चारे। कहे रविदास कहे रविदास, नाम तेरो आरती कहे सारे। नाम तेरा तेल ले माहे पसारे, नाम तेरो तेल ले माहे पसारे, नाम तेरो तेल ले माहे पसारे। कह रविदास कह रविदास, नाम तेरो आरती कह रविदास। नाम तेरे की जोत लगाई,
आरती के गे दबता संसारे है बर्तन है सकल संसारे कहे रविदास कहे रविदास नाम तेरो आरती कहे रविदास कहे रविदास कहे रविदास नाम तेरो आरती कहे रविदास नाम तेरो
कह रविदास,
है के जाऊं तहां तेरी सेवा भजन कटे जम फासा भगत खेत गावे रविदासा भगत खेत गावे रविदासा भगत खेत गावे रविदासा नाम तेरो आरती कह रविदास कह रविदास कह रविदास नाम तेरो आरती कह रविदास नाम तेरो आरती नाम तेरो आरती नाम तेरो आरती नाम तेरो तेरो आरती कह गए रविदास कह रविदास कह रविदास नाम तेरो आरती कह रविदास तुम चंदन हम अरिंद बाप रे सत शरण तुम्हारी माधो सत संगत शरण तुम्हारी हम अब गुण तुम उपकारी हम अब गुण तुम उपकारी हम अब गुण तुम उपकारी हम तेरो आरती कह रविदास कह रविदास कह रविदास नाम तेरो आरती कह रविदास तुम मखदूल सफेद सपील हम बपुरे जस कीरा हम बपुरे जस कीरा हो सत संगत मिल रही है माधो सत संगत मिल रही है माधो जैसे मधुप मखीरा राजा राम की सेव न कीने
रविदास नाम तेरो आरती कहे रविदास नाम तेरो आरती कहे रविदास कहे रविदास कहे रविदास नाम तेरो चिन्ह दर्श दिखाए
चिन दर्द दिखाए
ਪਿਆਰੇ ਜੋ ਕੁਝ ਵੀ ਮੰਗਦੇ ਹਨ, ਕੋਈ ਅਮੋਲਕ ਦਾਤ ਮੰਗਦੇ ਹਨ, ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਉਸ ਨਿਰੰਕਾਰ ਦੇ ਚਰਨਾਂ ਵਿੱਚ ਜੁੜ ਕੇ ਤੇ ਕੁਝ ਮੰਗ ਰਹੇ ਹਨ। ਮੰਗਦੇ ਅਸੀਂ ਵੀ ਹਾਂ, ਧਨ ਦੌਲਤ ਮਹਿਲ ਮਾੜੀਆਂ, ਕੋਈ ਧੀ ਪੁੱਤਰ ਜਾਂ ਕੋਈ ਕਾਰ ਵਿਹਾਰ ਚੰਗਾ ਹੋ ਜਾਵੇ, ਇਸ ਤੋਂ ਅੱਗੇ ਅਸੀਂ ਕਦੀ ਨਹੀਂ ਟੱਪੇ। ਪਰ ਬਾਬਾ ਰਵਿਦਾਸ ਜੀ ਇੱਕ ਉੱਤਮ ਦਾਤ ਮੰਗ ਰਹੇ ਹਨ ਔਰ ਸਾਨੂੰ ਮੰਗਣ ਦੀ ਜਾਂਚ ਦੱਸ ਰਹੇ ਹਨ। ਉਹ ਕੋਟ ਬ੍ਰਹਿਮੰਡਾਂ ਦੇ ਮਾਲਕ ਹੇ ਵਾਹਿਗੁਰੂ, ਸ਼ਗਲ ਭਵਨ ਕੇ ਨਾਇਕਾ, ਸਾਰੇ ਸੰਸਾਰ ਨੂੰ ਤੂੰ ਭਵ ਸਾਗਰ ਤੋਂ ਪਾਰ ਕਰਨ ਵਾਲੇ ਮੇਰੇ ਨਾਇਕਾ, ਮੇਰੇ ਮਾਲਕ, ਮੇਰੇ ਭਗਵਾਨ, ਇੱਕ ਛਿਨ ਦਰਸ ਦਿਖਾਏ ਜੀ। ਜੇ ਛਿਨ ਮਾਤਰ ਤੇਰਾ ਦਰਸ਼ਨ ਹੋ ਜਾਵੇ ਤਾਂ ਮੇਰਾ ਜੀਵਨ ਸਫਲ ਹੋ ਜਾਏਗਾ, ਮੇਰੀ ਜੀਵਨ ਯਾਤਰਾ ਸਫਲ ਹੋ ਜਾਏਗੀ। ਅਤੇ ਸਾਡੀ ਤਾਂ ਕਲਯੁਗੀ ਜੀਵਾਂ ਦੀ ਇਹ ਹਾਲਤ ਹੈ, ਕੂਪ ਭਰਿਓ ਜੈਸੇ ਦਾਦਰਾ,
ਅਸੀਂ ਤਾਂ ਖੂਹ ਦੇ ਡੱਡੂ ਹਾਂ ਤੇ ਖੂਹ ਦੇ ਡੱਡੂ ਨੂੰ ਵਿਸ਼ਾਲ ਸਮੁੰਦਰ ਦਾ ਕੋਈ ਪਤਾ ਨਹੀਂ ਹੁੰਦਾ। ਉਹ ਸਮਝਦਾ ਕੇਵਲ ਇਹੀ ਸਭ ਕੁਛ ਹੈ। ਹੇ ਵਾਹਿਗੁਰੂ, ਅਸੀਂ ਮਾਇਆ ਰੂਪੀ ਅੰਨੇ ਖੂਹ ਵਿੱਚ ਪਏ ਹੋਏ ਸਭ ਕੁਛ ਮਾਇਆ ਨੂੰ ਹੀ ਸਮਝ ਲਿਆ, ਪਰ ਤੇਰਾ ਨਾਮ ਵਿਸ਼ਾਲ ਹੈ। ਤੇਰੇ ਨਾਮ ਵਿੱਚ ਲੋਕ ਪਰਲੋਕ ਦੇ ਸੁੱਖ ਹਨ, ਪਰ ਅਸੀਂ ਸਭ ਕੁਛ ਵਿਸਾਰੀ ਬੈਠੇ ਹਾਂ ਕਿਉਂਕਿ ਅਗਿਆਨੀ ਪੁਰਸ਼ ਹਾਂ। ਕੂਪ ਭਰਿਓ ਜੈਸੇ ਦਾਦਰਾ, ਕੱਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਬੇਮੋਹਿਆ। ਤੇਰੇ ਨਾਮ ਵਿੱਚ ਅਮੋਲਕ ਸਵਾਸ ਜਪ ਜਪ ਕੇ ਸਫਲ ਕਰ ਰਹੇ ਸੀ, ਪਰ ਅਸੀਂ ਵਿਖਿਆ ਵਿੱਚ ਰਚੇ ਹੋਏ ਹਾਂ, ਧੰਦਿਆਂ ਵਿੱਚ ਰਚੇ ਹੋਏ ਹਾਂ। ਨਿੰਦਿਆ ਚੁਗਲੀ ਈਰਖਾ ਕਪਟ ਕਰਦੇ ਹਾਂ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਆਪਣੀ ਮਿਹਰ ਕਰ। ਉਹ ਮੇਰਾ ਦੇ ਸਾਈ ਮੇਰੇ ਪਿਆਰੇ ਭਗਵਾਨ ਜੀ, ਜੇ ਟੁੱਟੇ ਹੋ ਤਾਂ ਫਿਰ ਇੱਕ ਛਿਨ ਦਰਸ਼ ਦਿਖਾਏ ਜੀ। ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ। ਰਾਜਾ ਨਾਗਰਮਲ ਬਾਬਾ ਰਵਿਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਸੱਚ ਦਾ ਉਪਦੇਸ਼ ਸੁਣ ਕੇ ਉਹ ਵੀ ਰਾਜਾ ਨਾਗਰਮਲ ਸੇਵਕ ਬਣ ਗਿਆ, ਪਰ ਈਰਖਾਲੂ ਪੰਡਿਤ ਈਰਖਾ ਹੀ ਕਰਦੇ ਰਹੇ। ਨਾਗਰਮਲ ਨੂੰ ਕਹਿਣ ਲੱਗੇ, ਬਈ ਉਂਝ ਤਾਂ ਬਾਬਾ ਰਵਿਦਾਸ ਮੂਰਤੀ ਦਾ ਖੰਡਨ ਕਰਦਾ ਤੇ ਦੂਜੇ ਪਾਸੇ ਆਪ ਮੰਦਰ ਵਿੱਚ ਮੂਰਤੀਆਂ ਲਾਈ ਬੈਠਾ, ਜਿਹੜਾ ਪੁੱਛੋ ਤਾਂ ਸਹੀ। ਰਾਜੇ ਦੇ ਹੱਥ ਜੁੜ ਗਏ, ਹੰਕਾਰੀ ਪੰਡਿਤ ਵੀ ਬੈਠੇ ਹਨ। ਮਹਾਰਾਜ, ਆਪ ਮੂਰਤੀਆਂ ਦਾ ਖੰਡਨ ਕਰਦੇ ਹੋ ਤੇ ਫਿਰ ਮੂਰਤੀਆਂ ਸਜਾਈਆਂ ਹੋਈਆਂ ਕਿਉਂ ਹਨ? ਤਾਂ ਬਾਬਾ ਰਵਿਦਾਸ ਜੀ ਜੋ ਨਿਰੰਕਾਰ ਦੇ ਚਰਨਾਂ ਵਿੱਚ ਲੀਨ ਹੋਏ ਹੋਏ, ਇੱਕ ਹੋਏ ਹੋਏ, ਹਰ ਹਰ ਜਨ ਦੋਏ ਏਕ ਹੈ, ਕਹਿਣ ਲੱਗੇ ਰਾਜਨ, ਫਲ ਕਾਰਨ ਫੂਲੀ ਬਨਰਾਏ। ਫਲ ਦੇ ਲਈ, ਫਲ ਦੇ ਪ੍ਰਾਪਤੀ ਲਈ ਬਨਰਾਏ ਨੂੰ ਪਹਿਲਾਂ ਫੁੱਲ ਲੱਗਦੇ ਹਨ, ਤੇ ਜਦੋਂ ਫਲ ਲੱਗ ਜਾਣ ਤਾਂ ਫੁੱਲ ਆਪੇ ਹੀ ਖਤਮ ਹੋ ਜਾਂਦੇ ਹਨ। ਇਸੇ ਤਰ੍ਹਾਂ ਜਿਵੇਂ ਬੱਚਾ ਪਹਿਲੇ ਖਿਡੌਣਿਆਂ ਨਾਲ ਖੇਡਦਾ ਤੇ ਫਿਰ ਜਿਉਂ ਜਿਉਂ ਉਸਨੂੰ ਗਿਆਨ ਪ੍ਰਾਪਤ ਹੁੰਦਾ ਤਿਉਂ ਤਿਉਂ ਉਹ ਵੱਡਾ ਗਿਆਨੀ ਬਣ ਜਾਂਦਾ, ਵੱਡਾ ਸੋਝੀਵਾਨ ਹੋ ਜਾਂਦਾ, ਫਿਰ ਖਿਡੌਣਿਆਂ ਨਾਲ ਨਹੀਂ ਖੇਡਦਾ। ਇਸੇ ਤਰ੍ਹਾਂ ਜਿਹੜਾ ਜਗਿਆਸੂ ਪ੍ਰਭੂ ਦੀ ਪ੍ਰਾਪਤੀ ਲਈ ਆਉਂਦਾ ਹੈ, ਜਗਿਆਸੂ ਦੀ ਬਿਰਤੀ ਕੱਚੀ ਹੁੰਦੀ ਹੈ, ਕਿਸੇ ਨਾ ਕਿਸੇ ਵੱਲ ਧਿਆਨ ਜੋੜ ਕੇ ਜ਼ਰੂਰ ਬੈਠਣਾ ਪਏਗਾ ਅਤੇ ਜਦੋਂ ਤੇਰੀ ਬਿਰਤੀ ਪੱਕੀ ਹੋ ਜਾਏਗੀ ਆਪੇ ਹੀ ਮੂਰਤੀ ਤੋਂ ਹਟ ਕੇ ਅਸਲ ਵਿੱਚ ਚਲੀ ਜਾਏਗੀ। ਉਚਾਰਨ ਕਰੋ ਸ੍ਰੀ
ਜਿਸ ਤਰ੍ਹਾਂ ਬੱਚੇ ਨੂੰ ਪੜ੍ਹਨੇ ਪਾਈਦਾ ਤੇ ਕਿਵੇਂ ਉਹਦੇ ਉੱਤੇ ਫਲਾਂ ਦੇ ਜਾਨਵਰ ਦੇ ਫੋਟੋ ਬਣੇ ਹੁੰਦੇ ਹਨ ਬੱਚੇ ਨੂੰ ਸਿਖਾਉਣ ਲਈ ਕਿ ਇਹ ਅਨਾਰ ਊੜਾ ਊਂਟ ਇਸ ਤਰ੍ਹਾਂ ਕਰਕੇ ਬੱਚੇ ਨੂੰ ਅੱਖਰਾਂ ਦੀ ਪਹਿਚਾਣ ਹੋ ਜਾਏ ਬਈ। ਇਸ ਲਈ ਜਦੋਂ ਜਗਿਆਸੂ ਕੋਈ ਸਤਸੰਗ ਵਿੱਚ ਆਉਂਦਾ ਜੁੜਦਾ ਤਾਂ ਉਹਨੂੰ ਕਿਸੇ ਨਾ ਕਿਸੇ ਦਾ ਧਿਆਨ ਧਰਨਾ ਪੈਂਦਾ। ਜਦੋਂ ਬਿਰਤੀ ਪੱਕੀ ਹੋ ਜਾਏਗੀ ਆਤਮਾ ਆਪੇ ਹੀ ਉੱਪਰ ਉਡਾਰੀ ਖਾਏਗੀ, ਅਸਲ ਵਿੱਚ ਜਾ ਪਹੁੰਚੇਗੀ। ਉਚਾਰਨ ਕਰੋ ਸ੍ਰੀ, ਐਵੇਂ ਤਾਂ ਨਹੀਂ। ਜਦੋਂ ਬਾਬਾ ਰਵਿਦਾਸ ਜੀ ਜੁੜਦੇ ਸਨ ਅਨੇਕ ਵੇਰਾਂ ਨਿਰੰਕਾਰ ਦੇ ਦਰਸ਼ਨ ਹੋਏ, ਅਨੇਕ ਵੇਰਾਂ ਆਪ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦੇ ਨਾਲ ਸ਼ਸ਼ੋਭਿਤ ਹੈ, ਵਿਰਾਜਮਾਨ ਹੈ। ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਵਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਭਗਵਾਨ ਦੇ ਦਰਸ਼ਨ ਹੋਏ। ਭਗਵਾਨ ਵੀ ਆਪਣੇ ਭਗਤਾਂ ਨਾਲ ਚੋਜ ਕਰਦਾ। ਬਾਬਾ ਰਵਿਦਾਸ ਜੀ ਜਦੋਂ ਮੱਥਾ ਟੇਕਣ ਲੱਗੇ ਤਾਂ ਭਗਵਾਨ ਨੇ ਚੋਜ ਕੀਤਾ, ਪਿੱਛੇ ਹਟ ਗਏ। ਕਹਿਣ ਲੱਗੇ ਤੂੰ ਚਮਾਰ ਹੈ ਇਸ ਲਈ ਸਾਨੂੰ ਨਾ ਮੱਥਾ ਟੇਕ, ਸਾਡਾ ਸਰੀਰ ਪਿੱਟ ਜਾਏਗਾ। ਤੇ ਭਗਤ ਜੀ ਕਹਿਣ ਲੱਗੇ ਬਈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਟਕ ਕਟਕ ਜਲ ਤਰੰਗ ਜੈਸਾ। ਜਿਸ ਤਰ੍ਹਾਂ ਜਲਤਾ ਤੇ ਤਰੰਗ ਦਾ ਕੋਈ ਵੱਖਰਾਪਨ ਨਹੀਂ ਹੁੰਦਾ, ਇੱਕੋ ਹੀ ਹੁੰਦਾ। ਜਿਸ ਤਰ੍ਹਾਂ ਗਹਿਣਾ ਔਰ ਸੋਨਾ ਇੱਕੋ ਹੁੰਦਾ, ਹੇ ਵਾਹਿਗੁਰੂ ਅਸੀਂ ਵੀ ਤਾਂ ਤੇਰੇ ਹਾਂ, ਤੇਰੇ ਸਾਜੇ ਹੋਏ ਹਾਂ, ਤੂੰ ਸਾਡਾ ਪਿਤਾ ਹੈ। ਉਚਾਰਨ ਕਰੋ ਸ੍ਰੀ। ਭਗਵਾਨ ਨੇ ਬਾਬਾ ਰਵਿਦਾਸ ਜੀ ਨੂੰ ਆਪਣੇ ਗੱਲ ਨਾਲ ਲਾ ਲਿਆ, ਕਿਉਂਕਿ ਜੇ ਦਰਸ਼ਨਾਂ ਦੀ ਭਿੱਖਿਆ ਮੰਗੀਏ ਤਾਂ ਮਿਲਦੀ ਹੈ। ਇਸੇ ਲਈ ਮਹਾਰਾਜ ਕਹਿੰਦੇ ਨੇ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਤੇ ਬਾਬਾ ਰਵਿਦਾਸ ਜੀ ਨੇ ਤਾਂਹੀਓ ਤਾਂ ਅਰਦਾਸ ਕੀਤੀ ਸੀ, ਤੁਮ ਮਖਤੂਲ ਸਫੈਦ ਸਪੀਅਲ, ਹਮ ਬੱਪੜੇ ਜਸ ਕੀਰਾ, ਅਸੀਂ ਕੀੜੇ ਹਾਂ ਪਰ ਸਾਡੀ ਇੱਜ਼ਤ ਕਿਉਂ ਹੈ, ਸਤਿਕਾਰ ਕਿਉਂ ਹੈ, ਰਾਜੇ ਮਹਾਰਾਜੇ ਕਿਉਂ ਆ ਕੇ ਮੱਥਾ ਟੇਕਦੇ ਹਨ। ਹੇ ਭਗਵਾਨ, ਹੇ ਵਾਹਿਗੁਰੂ, ਤੇਰੇ ਨਾਮ ਦੀ ਸਾਨੂੰ ਮਖਮਲ ਲੱਗੀ ਹੋਈ ਹੈ। ਮਖਮਲ ਦੇ ਜੋ ਕੀੜੇ ਹੁੰਦੇ ਹਨ ਉਹਨਾਂ ਦੀ ਬੜੀ ਦੇਖਭਾਲ ਹੁੰਦੀ ਹੈ, ਬੜੀ ਚੰਗੀ ਖੁਰਾਕ ਮਿਲਦੀ ਹੈ, ਬੜੀ ਚੰਗੀ ਥਾਂ 'ਤੇ ਬਿਠਾਇਆ ਜਾਂਦਾ ਅਤੇ ਤੇਰੇ ਕਰਕੇ ਹੀ ਤਾਂ ਅਸੀਂ ਸਭ ਕੁਛ ਹਾਂ। ਤੁਮ ਚੰਦਨ ਹਮ ਅਰਿੰਡ ਬਾਪੜੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਬਹਿ ਹੈ ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸਰਨ ਤੁਮਾਰੀ, ਹਮ ਅਵਗੁਣ ਤੁਮ ਪੁਕਾਰੀ। ਤੁਮ ਮਖਤੂਲ ਸਫੈਦ ਸਪੀਅਲ, ਹਮ ਬੱਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਧੁਪ ਮਖੀਰਾ, ਜਾਤੀ ਓਸ਼ਾ ਪਾਤੀ ਓਸ਼ਾ, ਓਸ਼ਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵ ਨਾ ਕੀਨੀ, ਕਹਿ ਰਵਿਦਾਸ ਚਮਾਰਾ। ਐਸੀ ਅਰਦਾਸ ਕੀਤੀ, ਭਗਵਾਨ ਨੇ ਗੱਲ ਨਾਲ ਲਾ ਲਿਆ। ਆਖਿਆ ਹੇ ਵਾਹਿਗੁਰੂ, ਅਸੀਂ ਤੇਰੀ ਉਸਤਤ ਤੇਰਾ ਅੰਤ ਪਾਉਣ ਲਈ ਨਹੀਂ ਕਰ ਰਹੇ, ਕਿਉਂਕਿ ਜੋਗੀਸ਼ਰ ਪਾਵੈ ਨਹੀਂ। ਬੜੇ ਬੜੇ ਜੋਗੀਸ਼ਰ ਤਪੀਸ਼ਰ ਤੇਰਾ ਅੰਤ ਪਾਉਣ ਦਾ ਯਤਨ ਕਰਦੇ ਰਹੇ ਪਰ ਕੋਈ ਨਹੀਂ ਪਾ ਸਕਦਾ। ਅਸੀਂ ਤਾਂ ਇਸ ਲਈ ਤੇਰੇ ਨਾਲ ਪ੍ਰੇਮ ਕਰਦੇ ਹਾਂ ਕਿ ਤੇਰੇ ਚਰਨਾਂ ਨਾਲ ਸਾਡੀ ਸਾਂਝ ਬਣੀ ਰਵੇ। ਉਚਾਰਨ ਕਰੋ ਸ੍ਰੀ, ਫਿਰ ਜਪੋ ਸ੍ਰੀ ਵਾਹਿਗੁਰੂ। ਇਸ ਲਈ ਪ੍ਰੇਮ ਭਗਤ ਕੇ ਕਾਰਨੇ, ਕਹੋ ਰਵਿਦਾਸ ਚਮਾਰ। ਤੇ ਫਿਰ ਕੀ ਕਹਿ ਰਹੇ ਹਨ ਭਗਤ ਰਵਿਦਾਸ ਜੀ, ਆਓ ਸਾਰੇ ਜਪੀਏ, ਅਸੀਂ ਵੀ ਉਹ ਦਾਤ ਮੰਗੀਏ ਜੋ ਬਾਬਾ ਰਵਿਦਾਸ ਜੀ ਮੰਗ ਰਹੇ ਹਨ। ਸਗਲ ਪਵਨ ਕੇ ਨਾਇਕਾ, ਇੱਕ ਚਿੰਨ ਦਰਸ ਦਿਖਾਏ ਜੀ, ਸਗਲ ਪਵਨ ਕੇ ਨਾਇਕਾ।
का एक चिन्ह दर्श दिखाए आपने नाम सिमरन दी शक्ति दे नाल राजे महाराजियां नू भगवान दे चरणा नाल जोड़िया गरीब अमीर नू अपने गल नाल लाया रविदास टवंता टोर नीत तिन त्यागी माया प्रगट हुआ साध संग हर दर्शन पाया हरी दा दर्शन पाया भगत जी ने ते एडा प्यार कीता निरंकार दे नाल के आप बाणी विच लिखते हैं का भयो जो तन भयो शिन शिन आख्या हे वाहिगुरु मेरे तन दा कोई पावे कतरा कतरा कर देवे ना मैनू कोई दुख नहीं पर प्रेम जाए तो डर पे तेरो जन जे तेरे प्रेम विच कोई घाटा पांदा होवे प्रेम घटदा होवे तो मेरी मौत हो जाती है मैं इस तो डरदा कि तेरे चरणा नालों प्रेम ना घट जावे तेरे चरणा नाल प्रेम दिनों दिन वधदा जाए इस शरीर दी कोई परवाह नहीं इसलिए एक शिन दर्श दिखाए जी सगल भवन के नायका एक चिन्ह दर्श दिखाए दी सगल भवन के नायका एक चिन्ह दर्श दिखाए दी जोगी सर पावे नहीं पार गुण कथन अपार प्रेम भगत के कारणे प्रेम भगत के कारणे कहो रविदास चमा बाबा रविदास जी का महान आगमन जन्मदिन है तो सारी सिख संगत गुरु नानक नाम देवा जिथे भी कोई बैठा है सब नू लख लख बधाई देंदे हाँ और ती शीरज कंपनी का भी धन्यवाद है जिन्होंने बाबा रविदास जी का महान आगमन दिन मनाया और ऐसा अलौकित कीर्तन और अलौकित उस निरंकार दी आरती जो बाबा रविदास जी ने उच्चारण की थी
आपने बड़े प्यार नाल उसनु सरवण करना है, तो मैं फिर सारियां नु लख लख वधाई देंदा हाँ। आओ तुसी भी ओ दात मंगो जो बाबा रविदास जी मांग रहे हैं। सकल भवन के नायका एक चिन्ह दर्श दिखाए दिखाए जी।